ਤੁਹਾਨੂੰ ਇਹ ਫੀਲ ਹੋਇਆ ਕਿ ਜਿਹੜੀ ਰਿਕੁਐਸਟ ਤੁਸੀਂ ਕਰਦੇ ਸੀਗੇ ਬਹੁਤ ਸਾਰੇ ਲੋਕਾਂ ਦੀ ਕੰਮ ਦੀ ਉਹ ਕਈ ਵਾਰੀ ਰਿਕੁਐਸਟ ਪੂਰੀ ਨਹੀਂ ਹੁੰਦੀ ਸੀ ਇਸ ਕਰਕੇ ਤੁਹਾਨੂੰ ਲੱਗਿਆ ਵੀ ਮੈਨੂੰ ਹੀ ਆਪ ਸਿਸਟਮ ਚ ਆਉਣਾ ਚਾਹੀਦਾ ਲੇਕਿਨ ਨਾਰਮਲੀ ਬਹੁਤ ਸਾਰੇ ਸੈਲਿਬ੍ਰਿਟੀਜ਼ ਐਸੇ ਹੁੰਦੇ ਆ ਜਿਹੜੇ ਕਹਿੰਦੇ ਆ ਕਿ ਯਾਰ ਆਪਣੀਆਂ ਬੜੀਆਂ ਕਮਿਟਮੈਂਟਸ ਹੈ ਯਾਰ ਆਪਣਾ ਹੁਣੀ ਚੰਗਾ ਟਾਈਮ ਚੱਲ ਰਿਹਾ ਹੈ ਆਪਾਂ ਉਹ ਕਮਿਟਮੈਂਟਸ ਪੂਰੀਆਂ ਕਰੀਏ ਪੋਲਿਟਿਕਸ ਚ ਬਾਅਦ ਚ ਆ ਜਾਾਂਗੇ ਇਹ ਹਰੇਕ ਦਾ ਮਾਈਂਡਸੈਟ ਹੁੰਦਾ ਜੀ ਮੇਰਾ ਮਾਈਂਡਸੈਟ ਕੁਛ ਹੋਰ ਹੈ ਮੈਂ ਇਸ ਤਰੀਕੇ ਨਾਲ ਸੋਚਦਾ ਹੁੰਦਾ ਵੀ ਜਦੋਂ ਤੁਹਾਡੇ ਕੋਲ ਸਮਾਂ ਜਦੋਂ ਤੁਹਾਡੇ ਕੋਲ ਵਕਤ ਹੈ ਜਦੋਂ ਤੁਹਾਡਾ ਜ਼ੋਰ ਹੈ ਜੇ ਤੁਸੀਂ ਉਦੋਂ ਹਵਾ ਦੇ ਉਲਟ ਨਾ ਚੱਲ ਸਕੇ ਤਾਂ ਕਦੇ ਨਹੀਂ ਚੱਲ ਸਕਦੇ ਤੇ ਸਭ ਤੋਂ ਮੈਂ ਕਹਿੰਦਾ ਨਕੰਮਾ ਬੰਦਾ ਮਾੜਾ ਬੰਦਾ ਉਹੀ ਹੈ ਜਿਹਦੇ ਕੋਲ ਪਾਵਰ ਹੋਵੇ ਤੇ ਉਹ ਵਰਤੇ ਨਾ ਸੋ ਅੱਜ ਸਾਨੂੰ ਲੋਕ ਸਤਿਕਾਰਦੇ ਨੇ ਪਿਆਰ ਕਰਦੇ ਨੇ ਤਾਂ ਵਾਈ ਨਾਟ ਤੁਸੀਂ ਕਰਕੇ ਹਾਂ ਮੈਂ ਵੀ ਮੰਨਦਾ ਵੀ ਬਹੁਤ ਕਦੇ ਕਿਸੇ ਨੇ ਕੀਤਾ ਨਹੀਂ ਇੱਕ ਤੁਹਾਡਾ ਕਰੀਅਰ ਪੀਕ ਤੇ ਚੱਲਦਾ ਹੋਵੇ ਠੀਕ ਚੱਲਦਾ ਹੋਵੇ ਤੇ ਤੁਸੀਂ ਇੱਕਦਮ ਨਾਲ ਨਾਲ ਇੱਧਰ ਵੀ ਪੰਗਾ ਲੈ ਲਓ ਇਹ ਨਹੀਂ ਵੀ ਮੈਂ ਕਰੀਅਰ ਛੱਡਤਾ ਕਰੀਅਰ ਮੇਰਾ ਮੈਂ ਕੰਟੀਨਿਊ ਕਰੂੰਗਾ ਮੈਂ ਗਾਣੇ ਹਲੇ ਵੀ ਲਿਖਦਾ ਹਲੇ ਵੀ ਗਾਉਣਾ ਆਫਟਰ ਇਲੈਕਸ਼ਨਸ ਗਾਣੇ ਆਉਣਗੇ ਪਰ ਇਹ ਹੈ ਵੀ ਇੱਕ ਕਹਿੰਦੇ ਨਹੀਂ ਹੁੰਦੇ ਵੀ ਫਿਰ ਜੇ ਤੁਸੀਂ ਨਹੀਂ ਕੀਤਾ ਤਾਂ ਕਰੂਗਾ ਕੌਣ ਇਹ ਹੈ ਵੀ ਮੈਨੂੰ ਮੇਰੇ ਮਨ ਦੇ ਵਿੱਚ ਤਾਂ ਇਹ ਹੁੰਦੀ ਹੈ ਵੀ ਮੈਂ ਐਗਜ਼ਾਮਪਲ ਸੈੱਟ ਕਰਦਿਆਂ ਵੀ ਹਾਂ ਉਹ ਉੱਧਰ ਵੀ ਸੀ ਅਤੇ ਆਹ ਵੀ ਕਰ ਗਿਆ ਪੋਲੀਟਿਕਸ ਕੀ ਐਗਜ਼ਾਮਪਲ ਸੈੱਟ ਕਰਨਾ ਗੋਲ ਕੀ ਹੈ ਗੋਲ ਤਾਂ ਇਹੀ ਹੈ ਵੀ ਜਿਹੜੀਆਂ ਗੱਲਾਂ ਲੋਕ ਨਹੀਂ ਬੋਲਦੇ ਉਹ ਅਸੀਂ ਬੋਲ ਕੇ ਦਿਖਾਉਣੀਆਂ ਜਿੱਦਾਂ ਸਟੇਜਾਂ 'ਤੇ ਬੋਲਦੇ ਹੋ ਹਾਂਜੀ ਅਸੀਂ ਗੱਲ ਕਰਕੇ ਦਿਖਾਉਣੀ ਵੀ ਆਹ ਮਸਲਾ ਕਰਕੇ ਹੱਲ ਕਰਕੇ ਦਿਓ ਜੀ ਕਿਉਂ ਨਹੀਂ ਹੋ ਰਿਹਾ ਜੇ ਸਾਡੀ ਸਰਕਾਰ ਹੈ ਤਾਂ ਕਿਉਂ ਨਹੀਂ ਕਰ ਰਹੀ ਅਸੀਂ ਚਾਹੁੰਦੇ ਹਾਂ ਅਸੀਂ ਇਹੋ ਜਿਹੀਆਂ ਯਾਨੀ ਕਿ ਜੋ ਹੁਣ ਵੋਟਾਂ ਦੀ ਰਾਜਨੀਤੀ ਚੱਲਦੀ ਉਹ ਤੋਂ ਲੈਦਾ ਕੁਛ ਨਾ ਕੁਛ ਕਰਕੇ ਸਕੇ ਚਾਹੇ ਸਾਨੂੰ 5 ਸਾਲ ਹੀ ਮੌਕਾ ਦੇਵੇ ਉਦੋਂ ਮੁੜ ਕੇ ਸਾਨੂੰ ਸਰਕਾਰ ਵੀ ਇਹ ਕਹੇ ਵੀ ਯਾਰ ਤੂੰ ਤਾਂ ਗਲਤ ਬੋਲਦਾ ਪਰ ਇਹ ਹੈ ਵੀ ਸਾਨੂੰ ਇਹ ਵੀ ਲੋਕਾਂ ਦੀ ਆਵਾਜ਼ ਪਹੁੰਚਾਈ ਜਾਵੇ ਉੱਥੇ ਚਾਹੇ 5 ਸਾਲ ਹੀ ਮੌਕਾ ਮਿਲੇ ਤਾਂ ਇਸ ਨਾਲ ਮੌਕਾ ਮਿਲੇ ਵੀ ਅਸੀਂ ਨਿਰਪੱਖ ਜੋ ਵੀ ਗੱਲ ਹੈ ਜੋ ਵੀ ਜੇ ਲੋਕਾਂ ਦੀ ਕੋਈ ਅਧਿਆਪਕਾਂ ਦੀ ਆਵਾਜ਼ ਹੈ ਕੁਝ ਵੀ ਕਹਿ ਦੇ ਯਾਰ ਬਸ ਠੀਕ ਹੈ ਜਾਂ ਤੁਸੀਂ ਕਰਕੇ ਦਿਓ ਇਹ ਕਿਉਂ ਨਹੀਂ ਹੋ ਰਿਹਾ ਅਸੀਂ ਕੁਐਸਚਨ ਕਰਨਾ ਅਸੀਂ ਲੋਕਾਂ ਦੇ ਵਾਂਗੂ ਲੋਕਾਂ ਦੇ ਵਿਚਾਲੇ ਖੜ ਕੇ ਇਹ ਗੱਲ ਕਰਨੀ ਚਾਹੁੰਦੇ ਵੀ ਯਾਰ ਹਾਂ ਮੈਂ ਵੀ ਇਹਨਾਂ ਦੇ ਪੱਖ 'ਚ ਆ ਕਰੋ ਜੀ ਮੈਂ ਤੁਹਾਡਾ ਨੁਮਾਇੰਦਾ ਦਿੱਤਾ ਹੋਇਆ ਪਰ ਇਹਦਾ ਕੰਮ ਕਰਨਾ ਪੈਣਾ ਜੀ ਆਪਾਂ ਨੂੰ